ਇਹ ਹੈ ਸ਼ੋਪ ਨੰਬਰ 228। ਅਸੀਂ ਆ ਚੁੱਕੇ ਹਾਂ ਗਾਈਡ ਨੂੰ ਲੈਣ ਵਾਸਤੇ, ਅਤੇ ਗਾਈਡ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਰੋਹਤਾਂਗ ਪਾਸ। ਅਸੀਂ ਹੁਣ ਜਾ ਰਹੇ ਹਾਂ ਜੀ ਆਪਣੀ ਐਕਟੀਵਿਟੀਆਂ ਕਰਨ ਵਾਸਤੇ, ਅਤੇ ਅਸੀਂ ਆਪਣੀ ਐਕਟੀਵਿਟੀਆਂ ਦਾ ਕੱਲ੍ਹ ਹੀ ਉਹ ਕਰ ਗਏ ਸੀਗੇ, ਡਰੈੱਸਾਂ ਵਗੈਰਾ ਲੈ ਗਏ ਸੀਗੇ, ਅਤੇ ਹੁਣ ਜਿਹੜੇ ਨੇ ਸਾਡੇ ਨਾਲ ਮਿਸਟਰ ਕਰਨ ਠਾਕੁਰ ਜੀ ਸਾਨੂੰ ਲੈ ਕੇ ਜਾ ਰਹੇ ਨੇ ਘੁੰਮਾਉਣ ਵਾਸਤੇ, ਅਤੇ ਸਾਡਾ ਸਾਰਾ ਕੁਝ ਐਕਟੀਵਿਟੀ ਇਹਨਾਂ ਨੇ ਕਰਵਾਉਣੀ ਆ ਸਾਨੂੰ, ਅਤੇ ਸ਼ਾਮ ਤੱਕ ਸਾਡੇ ਨਾਲ ਹੀ ਰਹਿਣਗੇ, ਅਤੇ ਅੱਜ ਦਿਖਾਉਂਦੇ ਹਾਂ ਤੁਹਾਨੂੰ ਅਲੱਗ ਅਲੱਗ ਐਕਟੀਵਿਟੀਆਂ। ਲੇਕਿਨ ਐਕਟੀਵਿਟੀ ਸੇਮ ਹੀ ਹੁੰਦੀ ਜਿਵੇਂ ਪਿੱਛੇ ਵੀ ਅਸੀਂ ਕੀਤੀਆਂ ਹੋਈਆਂ, ਤੁਸੀਂ ਦੇਖਿਆ ਹੀ ਹੋਏਗਾ ਜਿਹੜਾ ਪਿੱਛੇ ਮਨਾਲੀ ਵਾਲਾ ਟ੍ਰਿਪ ਸੀਗਾ ਸ਼ਿਸ਼ੂ ਵਾਲਾ, ਅਤੇ ਇਹਦੇ 'ਚ ਵੀ ਚਲੋ ਇੱਕ ਇਹ ਹੈਗਾ ਬੱਚੇ ਆਏ ਹੋਏ ਨਾਲ ਐਡਵੈਂਚਰ ਹੋ ਜਾਂਦਾ, ਅਤੇ ਜਾ ਰਹੇ ਹਾਂ ਫਿਰ ਮਿਲਦੇ ਹਾਂ ਤੁਹਾਨੂੰ ਉੱਪਰ ਜਾ ਕੇ, ਹੋਰ ਵਿੱਚ ਦਿਖਾਉਂਦੇ ਹਾਂ ਥੋੜ੍ਹੇ ਬਹੁਤੇ ਵਿਊ। ਹੁਣ ਤੁਸੀਂ ਇੱਥੋਂ ਦੀ ਮਨਾਲੀ ਤੋਂ ਲੈ ਕੇ ਅਟਲ ਟਰਨਲ ਤੱਕ ਸ਼ਿਸ਼ੂ ਤੱਕ ਤਾਂ ਸਾਰਾ ਦੇਖਿਆ ਹੋਇਆ, ਹੁਣ ਜਾ ਰਹੇ ਹਾਂ ਅਸੀਂ ਰੋਹਤਾਂਗ ਪਾਸ। ਰੋਹਤਾਂਗ ਪਾਸ ਦਾ ਕਿਵੇਂ ਦਾ ਵਿਊ ਹੈ, ਕਿੰਨੀ ਕੁ ਠੰਡ ਹੈ, ਕਿੰਨੀ ਕੁ ਬਰਫ਼ ਪੈ ਰਹੀ ਹੈ, ਸਾਰਾ ਕੁਛ ਅੱਜ ਤੁਹਾਨੂੰ ਵਿਊ ਦਿਖਾਵਾਂਗੇ, ਅਤੇ ਉੱਥੇ ਐਕਟੀਵਿਟੀ ਕਰਾਂਗੇ ਅਤੇ ਇੰਜੋਏ ਕਰਾਂਗੇ ਪੂਰਾ। ਬੱਚਿਓ ਆਰ ਯੂ ਐਕਸਾਈਟਿਡ? ਨਹੀਂ ਲੱਗਦਾ ਰਹਿਣ, ਤੁਹਾਡੀ ਆਵਾਜ਼ ਤਾਂ ਬੜੀ ਢਿੱਲੀ ਆ ਰਹੀ ਹੈ। ਆਰ ਯੂ ਐਕਸਾਈਟਿਡ? ਨਾਸ਼ਤਾ ਕਰਕੇ ਤੁਹਾਡੀ ਆਵਾਜ਼ ਨਹੀਂ ਨਿਕਲਦੀ ਮੋਟੂ, ਐਡਾ ਪਰੋਣਾ ਖਾਦਾ ਜੇ ਆਵਾਜ਼ ਨਹੀਂ ਨਿਕਲਦੀ। ਉਹ ਵੀ ਮੱਖਣ ਨਾਲ, ਮੱਖਣ ਨਾਲ ਉੱਪਰ ਚਾਰ ਪੰਜ ਮੁਰਗੀ ਦੇ ਆਂਡੇ ਖਾ ਗਈ ਵਿਚਾਰੀ। ਚਲੋ ਜੀ ਕਰਦੇ ਹਾਂ ਅਸੀਂ ਇੰਜੋਏ, ਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਸਾਰਾ ਵਿਊ। ਉਹ ਆਪੇ ਦੱਸਣਗੇ ਬੇਟਾ, ਬੰਦ ਕਰੋ। ਇੱਥੇ ਰੋਹਤਾਂਗ ਪਾਸ ਦੀ ਐਂਟਰੀ ਹੁੰਦੀ ਹੈ, ਚੈੱਕ ਹੁੰਦਾ। ਹਾਂ ਇੱਥੇ ਚੈੱਕ ਹੁੰਦਾ, ਜੇ ਤਾਂ ਕਿਸੇ ਦਾ ਪਰਮਿਟ ਬਣਿਆ ਹੋਇਆ ਉਹੀ ਅੱਗੇ ਜਾ ਸਕਦਾ, ਜਿਸ ਕੋਲ ਪਰਮਿਟ ਨਹੀਂ ਉਹਨੂੰ ਅੱਗੇ ਨਹੀਂ ਜਾਣ ਦਿੰਦੇ ਹੈਗੇ। ਵਿਦਆਊਟ ਪਰਮਿਟ ਨੋਟ ਐਂਟਰੀ। ਹੁਣ ਅਸੀਂ ਵੀ ਆਪਣਾ ਪਰਮਿਟ ਦਿਖਾਵਾਂਗੇ। Up black windows once you go down, you must be crazy if you think that I'ma slow down. Don't wanna hear it talking shit, fuck the drama, keep it coming, I'ma send you to your mama. Mr. Rip, 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 get the gun down, dropping bodies in the place till the sun's down. Can't fuck with this, I'm going to try, just let the bullets fly, I'm the last one to die. Shit, fuck the drama, you keep it coming, I'ma send you to your mama. It's the whip, quick clip, get the guns out, dropping bodies into place till the sun's out. Can't fuck with me, so don't even try, cause when the bullets fly, I'm the last one to die.
ਅਸੀਂ ਆ ਚੁੱਕੇ ਆ ਰੋਹਤਾਂਗ ਪਾਸ। ਇੱਥੋਂ ਦਾ ਵਿਊ ਆ ਰਹੇ ਨੇ ਕਰਨਜੀਤ ਤੇ ਪੁਨੀਤ। ਅਸੀਂ ਚੱਲੇ ਆ ਹੁਣ ਆਪਣੀ ਐਕਟੀਵਿਟੀਜ਼ ਕਰਨ। ਅਸੀਂ ਚੱਲੇ ਆ ਜੀ ਐਕਟੀਵਿਟੀ ਕਰਨ ਵਾਸਤੇ ਆਪਣੀ ਫੁੱਲ ਲੈਸਾਂ ਅਸੀਂ ਆਪਣੇ ਉਹਨੇ ਸਿਸਟਮ ਨਾਲ। ਹੁਣ ਅਸੀਂ ਜਾ ਰਹੇ ਹਾਂ ਉੱਪਰ ਤੇ ਤੁਹਾਨੂੰ ਦਿਖਾਉਂਦੇ ਹਾਂ ਉਹ ਕਿੱਥੋਂ ਟਿਊਬ ਜਾਣਾ। ਚਲੋ ਅਸੀਂ ਆ ਚੁੱਕੇ ਹਾਂ ਉੱਤੇ। ਇਸੇ ਪੇ ਕਪਲ ਹੈ, ਇਸੇ ਪੇ ਸਿੰਗਲ ਹੈ। ਸਾਉ ਸਾ ਹੋ ਗਏ ਸਾਰੇ। ਆਉਚ ਇਹ ਭਈਆ ਹੁਣ ਸਾਨੂੰ ਕਰਾ ਰਹੇ ਨੇ ਕਿਹੜੀ ਆ ਕੀ ਕਹਿੰਦੇ ਇਹਨਾਂ ਨੂੰ ਸੋ ਜਾਈਏ। ਹਾਂ ਤੇ ਹੁਣੇ ਜਾ ਰਹੀ ਹੈ ਸਿਸੂ ਕਹਾਂ ਕੀ ਹੈ ਆਪਨੇ ਉਤਰ ਲਿਆ ਇੱਕ ਕੇ ਪਾਸ ਇੱਕ ਤੱਕ ਕੇ ਪਾਸ ਨਹੀਂ ਥਾ ਆਪ ਹੀ ਤੇ। ਚਲੋ ਬੇਟਾ ਭਈਆ ਸਾਈਡ ਹੋ ਜਾਓ। ਰੁਕ ਜਾ ਕੌਣ ਕਿਰੇ ਜਲਾ ਦਿੱਤਾ ਹੈ ਕਿ ਕਰਕੇ
ਲੱਗੇ ਨੇ ਰਾਈਡ ਤੋਂ ਵਾਪਿਸ। ਚਲੋ ਹਾਂ ਹੋ ਗਿਆ ਹੋ ਗਿਆ, ਆਪਾਂ ਇਹ ਜਾ ਰਹੇ ਨੇ ਰਾਈਡ ਕਰ ਰਹੇ ਉੱਪਰ ਉਹ ਤੇ ਜਾਣਾ ਆਪਾਂ ਮਗਰ ਬੈਠੇ ਕਿ ਮੇਰੀ ਬੋਟੇ ਹੀ ਬੱਚੇ ਆ ਜਾਣ। ਨੂਰ ਨੂੰ ਦਿਓ ਫੋਨ ਬੈਠੋ ਮਗਰ ਕਰੀ ਨੂੰ ਫੜ ਨਾਲੇ ਫੋਟ ਪਨੀਰ ਤਾਂ ਆ ਜਾ ਨਾਲੇ ਫੋਟੋਆਂ ਵੀ ਖੇਚਦੀ ਨਵੀਂ ਤਾਂ ਮਨੀ ਬੈਠੇ ਕੋਲ ਪਿੱਛੇ ਫੋਟੋ ਵਿੱਚ ਲੱਗ ਗਈ ਚੱਲ ਬਾਈ ਮਣੀ ਇਧਰੋਂ ਖਿੱਚ ਇਧਰੋਂ ਫੋਟੋ ਖਿੱਚਣੀ ਹੈ ਨਾਲ ਆਪਣੀ ਤੂੰ ਖਿੱਚ ਨਾਲ ਵਲੌਗ ਬਣਾ ਨਹੀਂ ਤਾਂ ਹੀ ਨਹੀਂ ਨਵੀਂ ਤੂੰ ਚੱਲੋ ਫੋਟੋ ਖਿੱਚ ਐਵੇਂ ਨਹੀਂ ਆਣੀ ਪੋਰਟਰੇਟ ਹੋਣੀ ਫੋਟੋ ਐਵੇਂ ਨਹੀਂ ਹੋਣੀ ਐਵੇਂ ਨਹੀਂ ਹੋਣੀ ਨੂਰ ਨਵੀਂ ਪੋਰਟਰੇਟ ਪਹਿਲੇ ਕਰਵਾ ਮੰਮਾ ਪਾਪਾ ਜਾ ਰਹੇ ਆ ਇੱਕ ਮਿੰਟ ਰੁਕ ਜਾ ਬੇਟਾ ਸੀ ਆਰੀ ਮੈਨੂੰ ਦੇ ਦੇ ਤੂੰ ਨਾੜ ਚੜ ਕੇ ਇੱਕ ਮਿੰਟ ਰੁਕ ਜਾ ਸਾਫ ਜਾ ਛੋੜ ਸਭ ਤੋਂ ਕਿੰਨਾ ਨਾੜ ਚੜ ਕੇ ਇੱਕ ਮਿੰਟ ਰੁਕ ਜਾ ਨਾੜ ਚੜ ਗਈ ਆਈਏ ਤਾਂ ਪਤਾ ਹੀ ਹੈ ਉਹਨੇ ਫੋਟੋ ਖਿੱਚ ਕੇ ਦੇ ਆਰ ਗੋਇੰਗ ਮਾਰਾ ਯਾਕ ਜਾ ਰਹਾ ਹੈ ਓ ਆਰਾਮ ਨਾਲ ਜਾ ਰਹਾ ਨਾ ਬਜਾ ਤੂੰ ਕੋਲੇ ਕਿਤਨਾ ਓਏ ਨੇ ਦੋ ਕਰ Thank you once we watch the dark.
गाड़ी पकड़ लो भैया की नीचे तक बच्चों की गड्डी फस गई उन्हें ना कटवा साड़ी गड्डी वाला ड्राइवर कटवा के आया ने ओ क्या की गड्डी ओ साइड आ जा गाड़ी आ गई हाउस राइडिंग कर रहे हैं ने मणि हाउस राइडिंग पूरा नवे क्यों जाना वो ऊपर उधर नीचे तो आए हैं ये देखो ये सारा ऊपर आ गए नवीन और पुनीत और यार ये अपनी जा रही है खच्चर घोड़ी शुन जा रहा है पूरा ये लास्ट चोटी है ये देखिए सारी जड़ी बर्फ हैगी है
ਉਹ ਹੈਗੀ ਹੈ ਵਾਈਟ, ਇੱਧਰ ਗੰਦੀ ਹੈ ਥੋੜ੍ਹੀ ਬਹੁਤੀ ਬਰਫ਼ ਕਿਉਂਕਿ ਘੋੜੇ ਜਾ ਜਾ ਕੇ, ਅੱਗੇ ਸਾਰੀ ਵਧੀਆ ਬਰਫ਼ ਹੈਗੀ। ਸਭ ਤੋਂ ਹਾਈਐਸਟ ਪੁਆਇੰਟ 'ਤੇ ਆ ਚੁੱਕੇ ਹਾਂ ਅਸੀਂ, ਪਿੱਛੇ ਕੁਛ ਨਹੀਂ ਦਿਖ ਰਿਹਾ, ਦੋ ਬੱਚੇ ਦਿਖ ਰਹੇ ਨੇ। ਜਾ ਰਹੇ ਹੈਂ ਹਮ ਜਾ ਰਹੇ ਨੂਰੀ, ਇਹ ਆਪਣੀ ਘੋੜੀ ਵਿਚਾਰੀ ਜਿਹੜੀ ਲੱਗੀ ਹੈ ਢੋਣ, ਸਾਨੂੰ ਨਜ਼ਾਰਾ ਆ ਰਿਹਾ ਪੂਰਾ। ਵੱਡੀ ਗੱਲ ਦੇਖੋ ਕਿੰਨੀ ਫੋਗੀ ਏਰੀਆ, ਬਿਲਕੁਲ ਉੱਪਰ ਹਾਈਐਸਟ ਪੁਆਇੰਟ ਜਿਹਨੂੰ ਜੀਰੋ ਲਾਈਨ ਕਹਿੰਦੇ, ਉੱਥੇ ਆ ਚੁੱਕੇ ਅਸੀਂ। ਫੂਲ ਨਜ਼ਾਰਾ ਹੈ, ਝਰਨਾ ਚੱਲ ਰਿਹਾ ਉੱਪਰ। ਯੇ ਹਮ ਰਾਈਡ ਕਰ ਰਹੇ ਹੈਂ ਹੋਰਸ ਪੇ, ਪਿੱਛੇ ਆ ਰਹੇ ਨੇ ਬਾਕੀ ਸਾਰੇ। ਪਾਂਡੇ ਕਿਵੇਂ ਇਹਨਾਂ ਨੂੰ ਹਰਾ ਚਾਰਾ ਦੂਸਰਾ ਪਨੀਤ ਹਰਾ ਚਾਰਾ ਡਾਲ ਦਿਓ ਸੁੱਕਾ। ਮੈਂ ਸਭ ਤੋਂ ਅੱਗੇ ਆ, ਬਾਕੀ ਸਾਰੇ ਜਣੇ ਮੇਰੇ ਪਿੱਛੇ ਹੈ, ਦੁਨੀਆ ਲੈ ਕੇ ਜਾ ਰਹੇ ਆ। ਅਸੀਂ ਬਹੁਤ ਹਾਈਟ ਤੇ ਆ ਚੁੱਕੇ ਆ, ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ। ਹੱਥ ਲਾ ਦੇ ਘੋਰੀ ਸਾਰੇ, ਡਰ ਲੱਗ ਰਿਹਾ। ਟਿਕ ਟਿਕ ਟਿਕ, ਲਾਈਨ ਬਣਾ ਕੇ ਸਾਰੇ ਆ ਰਹੇ ਨੇ ਮੇਰੇ ਪਿੱਛੇ ਪਿੱਛੇ। ਫੋਲੋ ਮੀ, ਮੈਂ ਗਾਇਆ ਸੀਗਾ ਕਿਸੇ ਨੇ ਸਾਥ ਨਹੀਂ ਦਿੱਤਾ। ਕੋਈ ਨੀ ਲਾਤਾ ਯਾ, ਇਧਰ ਅਮੀ ਲਾਤਾ ਮੈਂ ਘੋੜਾ, ਔਰ ਘੋੜੇ ਕੇ ਪੈਰ ਦੇਖਾ ਆਪ ਲੋਗੋਂ ਨੇ, ਇਧਰ ਮੈਂ ਹੀ ਆਤਾ ਹੈ, ਉਤਨਾ ਉਤਰ ਜਾਏ, ਮੈਂ ਆਪਕੀ ਮਰਜ਼ੀ ਜਾਣਾ, ਵਾਪਿਸ ਜਾਣਾ ਕਿਉਂ, ਵਾਪਿਸ ਚਲੇਂਗੇ, ਫੋਟੋ ਲੈਣਾ ਸਭ ਸਾਥ ਮੇਂ ਲੈਣੇ ਫੋਟੋ ਤੇਰੇ। ਅਸੀਂ ਆਏ ਆ ਜ਼ੀਰੋ ਹੋਤਾਂਗ ਤੇ ਅਸੀਂ ਹੁਣ ਇਸ ਟਾਈਮ ਜ਼ੀਰੋ ਟੈਂਪਰੇਚਰ ਤੇ ਉੱਪਰ ਆਏ ਹੋਏ ਆ, ਇਹ ਜ਼ੀਰੋ ਪੁਆਇੰਟ ਹੈ, ਜ਼ੀਰੋ ਪੁਆਇੰਟ ਤੇ ਉੱਪਰ ਆਏ ਆ। ਅੱਜ ਡਿਸਟ੍ਰਿਕਟ ਚੇਂਜ ਹੋ ਜਾਤਾ, ਜੋ ਉੱਧਰ ਜਾਏਗਾ ਪਾਣੀ, ਇਹ ਪਾਕਿਸਤਾਨ ਜਗ੍ਹਾ, ਇਹ ਪਿਆਸ ਕਰੀ ਲੈ। ਓਕੇ, ਕਿ ਜਿਹੜੇ ਲਾਏ ਆ ਸਾਡੀ ਬੈਕ ਸਾਈਡ ਤੇ ਪਾਕਿਸਤਾਨ ਹੈ ਤੇ ਇੱਧਰ ਤਾਂ ਅਸੀਂ ਰੋਹਤਾਂਗ ਤੋਂ ਆਏ ਆ ਤੇ ਹੁਣ ਵਾਪਸ ਵੀ ਜਾਵਾਂਗੇ, ਤੇ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਬਰਫ਼ ਬਹੁਤ ਜ਼ਿਆਦਾ, ਇੱਥੇ ਬਹੁਤ ਠੰਡ ਹੈ। ਓਕੇ, ਰਾਈਡ ਕਰਕੇ ਐਕਟੀਵਿਟੀਜ਼ ਕਰਕੇ ਸਾਨੂੰ ਲੱਗ ਗਈ ਹੈ ਭੁੱਖ, ਬਟ ਹਜੇ ਸਾਡੀ ਐਕਟੀਵਿਟੀਜ਼ ਪੈਂਡਿੰਗ ਤੇ, ਬੱਚੇ ਖਾ ਰਹੇ ਆ ਮੈਗੀ। ਨਵੀਂ ਕਹਿੰਦੀ ਮੇਰਾ ਮਨ ਖਰਾਬ ਹੋ ਰਿਹਾ, ਮੈਂ ਨਹੀਂ ਖਾਣੀ। ਕਰਨ ਜੀ ਮੇਰੇ ਵਾਸਤੇ ਔਰ ਆਪਣੇ ਵਾਸਤੇ ਵੈਜੀਟੇਬਲ ਵਾਲੀ ਮੈਗੀ ਬਣਵਾਉਣ ਗਏ ਨੇ, ਉਹ ਦੇਖੋ ਮੈਗੀ ਬਣਵਾ ਰਿਹਾ ਮੈਂ ਆਪਣੀ ਘਰ ਵਾਲੀ ਵਾਸਤੇ। ਬਹੁਤ ਇੰਜੋਏ ਕਰ ਰਹੇ ਆ, ਠੰਡ ਤਾਂ ਲੱਗ ਰਹੀ ਹੈ ਬਟ ਹੁਣ ਧੁੱਪ ਚੜ੍ਹਾਈ ਹੈ, ਥੋੜ੍ਹੀ ਗਰਮੀ ਵੀ ਲੱਗ ਰਹੀ ਹੈ ਕਿਉਂਕਿ ਅਸੀਂ ਕੱਪੜੇ ਡਬਲ ਪਾਏ ਹੋਏ ਆ, ਬਹੁਤ ਮਜ਼ਾ ਆ ਰਿਹਾ। ਲਓ ਜੀ ਸਾਡੀ ਵੈਜੀਟੇਬਲ ਮੈਗੀ ਆ ਚੁੱਕੀ ਹੈ। ਮੈਗੀ ਖਾ ਰਿਹਾ ਗਰਮ ਗਰਮ, ਬਹੁਤ ਟੇਸਟੀ ਲੱਗ ਰਹੀ ਆ, ਬਰਫ਼ ਵਿੱਚ ਬੈਠ ਕੇ ਮੈਗੀ ਖਾਣਾ। ਤਾਂ ਵੀ ਠੰਡ ਚੜ ਰਹੀ ਹੈ, ਫਿਰ ਵੀ ਠੰਡ ਲੱਗ ਰਹੀ ਹੈ।
ਆਪਣੀ ਚਲਾਣ ਲੱਗੀ ਹੈ ਕੀ ਕਹਿੰਦੇ ਇਹਨੂੰ ਸਕਿਉਰਟੀ ਥੱਕ ਗਈ ਆ ਪੁਨੀਤ, ਪੁਨੀਤ ਦਾ ਜ਼ੋਰ ਲੱਗ ਰਿਹਾ। ले तू पर टेक जी जा, नवी जा दी हेल्प करा दे, नवी जा ਚੱਲ ਤੇ ਤੂੰ ਚੰਗਾ ਨੂਰ ਨਵੀਂ ਤੇ ਪਨੀਤ ਕਰ ਰਹੀਆਂ ਨੇ ਕੀ ਕਰੀਏ ਜਿੱਤੇ ਕਿਧਰ ਗਈ